सरपंच चबानਾ ਸੌਖਾ ਹਾਂ ਕਰਨੀ ਬਹੁਤ ਔਖੀ ਹੈ ਸਰਪੰਚੀ ਕਿਹੜਾ ਤੱਕਲਾ 40 ਲੱਖ ਲਾ ਕੇ ਲੈ ਲੂਗਾ 40 ਉਤੋਂ ਹੋਰ ਚਾਹੀਦਾ ਬਈ ਉਹ ਕਦੇ ਆਸਤੇ ਉਹ ਕਦੇ ਆਸਤੇ ਉਹ ਸੋਨਾ ਜਦੋਂ ਬੰਦਾ ਕੋਈ ਵੀ ਪਿੰਡ 'ਚ ਮਾੜਾ ਮੰਗਤਾ ਆਉਂਦਾ ਪਹਿਲਾਂ ਆ ਕੇ ਪੁੱਛੂਗਾ ਸਰਪੰਚ ਦਾ ਘਰ ਕਿੱਥੇ ਆ ਹਾਂ ਜੇ ਕੋਈ ਪਿੰਡ 'ਚ ਟੂਰਨਾਮੈਂਟ ਆ ਜਾਂ ਕੋਈ ਬਾਹਰੋਂ ਪਰਚੀ ਕੱਟਣ ਆ ਗਿਆ ਪਹਿਲਾਂ ਆ ਕੇ ਪੁੱਛਣਗੇ ਸਰਪੰਚ ਦਾ ਘਰ ਕਿੱਥੇ ਆ ਪਿੰਡ 'ਚ ਕੋਈ ਨਾਟਕਾਲਾ ਆ ਗਿਆ ਕੋਈ ਬਾਜੀ ਪਾਉਣ ਆ ਗਿਆ ਸਰਪੰਚ ਦਾ ਘਰ ਕਿੱਥੇ ਆ ਸਰਪੰਚ ਦੇ ਘਰੇ ਤਾਂ ਬਈ ਚਾਹ ਦੀ ਪਤੀਲੀ ਗੈਸ ਤੇ ਪਈ ਰਵੇ ਹਾਂ सरपंच जी ਕਰਨੇ ਹੀ ਬਹੁਤ ਔਖੀ ਆ ਫਿਰ ਜੇ ਕੋਈ ਪਿੰਡ ਚ ਰੌਲਾ ਜਦੋਂ ਸਰਪੰਚ ਨਾਲ ਚਾਰ ਬੰਦੇ ਬਹਿ ਗਏ ਵੀ ਆਪਾਂ ਥਾਣੇ ਜਾਣਾ ਪਿੰਡ ਦਾ ਮੋਤਵਾਰ ਬੰਦਾ ਦਾ ਆਏ ਥੋੜਾ ਆ ਤੂਗਾ ਪੰਪ ਤੇ ਲਾ ਕੇ ਵੀ ਤੇਲ ਪਾ ਵਿੱਚ 1000 ਰੁਪਏ ਦਾ ਹੂੰ ਉਹ ਵੀ ਬੱਲੇ ਹੀ ਪਾਉਣਾ ਜਿਹੜਾ ਬੰਦਾ ਸਰਪੰਚ ਬੰਦਾ ਨਾ ਉਹਦਾ ਨਿੱਤ ਦਾ 2500 ਰੁਪਏ ਖਰਚਾ ਪਾਸੇ ਰੱਖਦੇ ਦੂਜਾ ਦਾ ਜਿਹੜਾ ਘਰ ਦਾ ਖਰਚਾ ਉਹਦਾ ਚੱਲ ਨਹੀਂ ਆ ਕੋ ਬੱਕਰਾ ਹਾਂ ਸਰਪੰਚ ਜੀ ਦੇ ਬੰਦੇ ਫੀਲ ਕਾਤੋਂ ਹੁੰਦੇ ਆ ਘਰ ਕਿਉਂ ਵੇਲ ਹੋ ਜਾਂਦੇ ਆ ਇਸੇ ਕਰ ਨਹੀਂ ਹੁੰਦੇ ਆ ਹਾਂ ਖਰਚਾ ਵੱਧ ਜਾਂਦਾ ਆਮਦਨ ਘਟ ਜਾਂਦੀ ਆ ਹੁਣ ਖੇਤ ਤਾਂ ਤੇਰੇ ਪਤਾਲਵੇਟ ਪਈ ਪਈ ਐ ਜੋੰਦੇ ਨੂੰ ਉਧਰੋਂ ਤੂੰ ਕਿਹਦਾ ਫੈਸਲਾ ਕਰਾਉਣਾ ਪਤਾਲਵੇਟ ਵਾਲੀ ਦੋ ਦਿਨ ਲੇਟ ਹੋ ਗਈ ਤਾਂ ਤੈਨੂੰ ਪਤਾ ਧੂਆ ਕੱਢ ਦਿੰਦੇ ਆ ਹਾਂ ਹਨਾ ਜਦੋਂ ਜਦੋਂ ਪਤਾਲਵੇਟ ਵਾਲੀ ਹੋਈ ਨਾ ਤੇ ਝੋਨੇ ਦਾ ਰੰਗ ਜਾਂ ਤਾਂ ਆਏ ਹੋ ਜਾਂਦਾ ਜਿਵੇਂ ਕਿਸੇ ਨੂੰ ਉਹ ਜੀਵ ਵਾਲੀ ਨਹੀਂ ਮਿਲ ਜਾਂਦੀ ਐਨੀਮਲੀ ਪੇਟਾਂ ਦਾ ਚੁੰਡ ਚ ਝੋਨਾ ਆਏ ਹੋ ਜਾਂਦਾ ਚਿੱਟਾ ਜਾਂ ਸਰਪੰਚ ਸਾਹਿਬ ਆਥਰੇ ਗੇੜਾ ਮਾਰਨ ਆਉਂਦੇ ਆ ਹਾਂ ਉਦੋਂ ਉਠਾਣੇ ਜੋ ਫੋਨ ਆਈ ਜਾਂਦੇ ਹੈਲੋ ਹਾਂਜੀ ਸਰਪੰਚ ਸਾਹਿਬ ਕੀ ਹਾਲ ਆ ਉਹ ਫਲਾਣਾ ਰਾਜੀ ਨਾਮਾਂ ਜਾਂ ਕਰਾ ਦਿੰਦੇ ਤੇ ਸਰਪੰਚ ਦੇ ਮੂੰਹ ਤੋਂ ਆਪ ਦੇਣੀ ਮੱਖੀ ਉੱਡਦੀ ਵੀ ਯਾਰ ਪਤਲ ਲਵੇਟ ਪੈ ਗਈ ਜਿਹੜੇ ਆਚਾਰ ਮੰਦਾਂ ਨੇ ਸੀਗੇ ਆਚਾਰ ਮੰਦਾਂ ਨੇ ਮੈਂ ਸਰਪੰਚੀ ਬਾਈ ਉਹ ਬੰਦੇ ਦੀ ਹੈ ਜਿਹਦੇ ਮਗਰ ਤਿੰਨ ਬੰਦੇ ਘਰੇ ਕੰਮ ਕਰਨ ਵਾਲੇ ਆ ਹੂੰ ਤੇ ਦੋ ਬੁੜੀਆਂ ਚਾਹ ਪ ਤੇ ਰੋਟੀ ਟੋਕਾ ਇਹ ਨਹੀਂ ਪਤਾ ਯਾਰ ਜੇ ਕੋਈ ਪਿੰਡ ਚ ਤੂ ਰੱਖ ਲਾ ਕੋਈ ਮੰਤਰੀ ਨੇ ਟੱਪਣਾ ਪਿੰਡ ਵੇਚਦੀ ਪੁਲਿਸ ਚ ਜਾਣ ਪਛਾਣ ਹੁੰਦੀ ਆ ਐਸਐਚਓ ਸਾਹਿਬ ਨੇ ਜਾਂ ਡਿਪਟੀ ਸਾਹਿਬ ਨੇ ਫੋਨ ਕਰਤਾ ਹਾਂਜੀ ਕੀ ਹਾਲ ਆ ਸਰਪੰਚ ਸਾਹਿਬ ਠੀਕ ਹੈ ਜੀ ਆ ਜੀ 20 ਬੰਦਿਆਂ ਦੀ ਰੋਟੀ ਤਿਆਰ ਕਰਕੇ ਘੱਲ ਦਿਓ ਹਾਂ ਫਿਰ ਤੂੰ ਆਏ ਨਹੀਂ ਯਾਰ ਮਲਾਜ਼ਮ ਕੋ ਕੋ ਭਾਜੋ ਅਫਸਰ ਆ ਪੀਪੀ ਪੰਜਾਬ ਪੁਲਿਸ ਉਹਨਾਂ ਨੂੰ ਆਏ ਦਾ ਹੈ ਨਹੀਂ ਵੀ ਤੂੰ ਚਟਨੀ ਨਾਲ ਗੰਡਿਆਂ ਦੀ ਨਾਲ ਘੱਲ ਦੇਗਾ ਰੋਟੀ ਫਿਰ ਚੰਗਾ ਜਾਂਦਾ ਸਰਪੰਚ ਮਟਰ ਪਨੀਰ ਬਣਾਉਂਦਾ ਜਾਂ ਚੰਗਾ ਕੋਈ ਛਾਈ ਪਨੀਰ ਲਿਆਉਂਦਾ ਕਿਸੇ ਹੋਟਲ ਤੋਂ ਫਿਰ ਉਹਨਾਂ ਦੀ ਰੋਟੀ ਜਾਂਦੀ ਐ ਇਸ ਕਰਕੇ ਸਰਪੰਚੀ ਕਰਨੀ ਬਹੁਤ ਔਖੀ ਹੈ ਬਾਈ ਇੱਕ ਕਹੋਣਾ ਹੀ ਸੌਕਾ ਵੀ ਸਰਪੰਚ ਬਣ ਗਿਆ ਮੈਂ ਪਿੰਡ ਦਾ ਪਹਿਲਾਂ ਬੰਨਾ ਔਖਾ ਪਰ ਬਣੇ ਰਹਿਣਾ ਔਖਾ ਹਾਂ ਹਾਂਜੀ ਬਣੇ ਰਹਿਣਾ ਦਾ ਬਾਹਲਾ ਔਖਾ ਬੰਨਾ ਸੌਕਾ ਬੰਨਾ ਦਾ ਕਿਰਾਂ 2 ਲੱਖ ਦੇ ਖੀਰੇ ਗਵਾਦੇ 7 ਲੱਖ ਦੀ ਘਾਸ ਆਪਿਆ ਦੇ ਕੋਈ 12 ਲੱਖ ਦੀਆਂ 11 ਕਿਦਾਂ ਵੋਟਾਂ ਲੈਣਾ ਤਿੰਨ ਕਿ ਦਿਨ ਨਵੇਂ ਬੰਦਾ ਲੋਕਾਂ ਜਦੋਂ ਵਿਚਰਦਾ ਸਤਿਗਾਲ ਬੇਬੇ ਲੈ ਪੁੱਤ ਤੂੰ ਦਾ ਤਗੜਾ ਪਹਿਲੀ ਯਾਰੀ ਉੱਠਿਆ ਤੈਨੂੰ ਭਾਈ ਵੋਟ ਪਾਵਾਂਗੇ ਵੋਟਾਂ ਦਾ ਪਏ ਜਾਂਦੀਆਂ ਬੰਦਾ ਬਣ ਵੀ ਜਾਂਦਾ ਜਾਣ ਪਛਾਣ ਹੋਣੀ ਵੀ ਜ਼ਰੂਰੀ ਆ ਸਰਪੰਚ ਉਹ ਬੰਦਾ ਬਣੇ ਜਿਹੜਾ ਐਸਐਚਓ ਜਾਂ ਡਿਪਟੀ ਸਾਹਿਬ ਨਾਲ ਜਾਂ ਦਸਿਲਦਾਰ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਗੱਲ ਵੀ ਕਰਨ ਜਾਣਦਾ ਹੋਵੇ ਇਹ ਥੋੜਾ ਵੀ ਜਿਹੜਾ ਗੱਲ ਕਰਨੀ ਨਹੀਂ ਜਾਣਦਾ ਤੇ ਉਹ ਸਰਪੰਚ ਬਣ ਗਿਆ ਇਹੋ ਜਿਹਾ ਵੀ ਹੁੰਦੇ ਆ ਹਾਂ ਹੁੰਦੇ ਆ ਬਾਈ ਚੁੱਪ ਕਰੇ ਸਰਪੰਚ ਵੀ ਹੈਗੇ ਕਈ ਬੰਦੇ ਗੁੱਸਾ ਵੀ ਮੰਨਣਗੇ ਪਰ ਉਹ ਬੰਦੇ ਦੀ ਸਰਪੰਚੀ ਇਹ ਨਹੀਂ ਸਰਪੰਚੀ ਉਹ ਬੰਦੇ ਦੀ ਆ ਜਿਹੜੇ ਦੇ ਪੂਰਾ ਹੱਕ ਚ ਜੋਰ ਆ ਬੋਲ ਸਟੈਂਡ ਲੈਣ ਵਾਲਾ ਹਮ ਕਿਰਕਰੀ ਦੀ ਗੱਲ ਆ ਕੋਈ ਸਰਪੰਚ ਦੀ ਗੱਲ ਆ ਉਹਦੇ ਪਿੰਡ ਆ ਕੇ ਥਾਣੇਦਾਰ ਨੇ ਕੁੱਟੀ ਜਾਵੇ ਮੁਲਜ਼ਮ ਨੂੰ ਤੇ ਸਰਪੰਚ ਨੇ ਜਾ ਕੇ ਡੰਡਾ ਫੜ ਲਿਆ ਥਾਣੇਦਾਰ ਦਾ ਹਾਂ ਤੇ ਜੇ ਸਰਪੰਚ ਚ ਦਾਮ ਸੀਗਾ ਤਾਂ ਯਾਰ ਫੜਿਆ